ਤੇ ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਸਾਰੇ ਦਰਸ਼ਕਾਂ ਦਾ। ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਅਮਰੀਕਾ ਦੇ ਵਿੱਚ ਰਹਿੰਦੇ ਹੋਏ, ਤੁਹਾਨੂੰ ਕਈ ਸਾਲ ਹੋ ਗਏ ਹੋਣਗੇ, ਕਿ ਅਜਿਹਾ ਕੋਈ ਹਾਦਸਾ ਤੁਹਾਡੇ ਨਾਲ ਵਾਪਰਿਆ ਜਾਂ ਫਿਰ ਅਜਿਹੀ ਕੋਈ ਗੱਲ ਤੁਹਾਡੇ ਨਾਲ ਹੋਈ ਹੈ ਜਿਸ ਕਰਕੇ ਤੁਹਾਨੂੰ ਡਿਸਕ੍ਰਿਮੀਨੇਸ਼ਨ ਦੇ ਤੁਸੀਂ ਸ਼ਿਕਾਰ ਹੋਏ ਹੋ, ਵਿਤਕਰੇ ਦਾ ਸ਼ਿਕਾਰ ਹੋਏ ਹੋ? ਕਿਉਂਕਿ ਤਾਜ਼ਾ ਮਾਮਲਾ ਇੱਕ ਸਾਹਮਣੇ ਆਇਆ ਅਮਰੀਕਾ ਕੈਲੀਫੋਰਨੀਆ ਤੋਂ, ਜਿੱਥੇ ਸੁਰਜੀਤ ਸਿੰਘ ਮੱਲੀ ਉਹਨਾਂ ਦੇ ਨਾਲ ਇਹ ਹਾਦਸਾ ਵਾਪਰਿਆ। ਉਹਨਾਂ ਨੇ ਆਪਣੀ ਰਿਪੋਰਟ ਦਰਜ ਕਰਾਈ ਹੈ ਕਿ ਉਹਨਾਂ ਨੂੰ ਕੁੱਟਿਆ ਗਿਆ ਡੰਡਿਆਂ ਦੇ ਨਾਲ, ਲੇਕਿਨ ਉਹਨਾਂ ਦੀ ਜਾਨ ਬਚ ਗਈ ਬਿਕੋਜ਼ ਉਹ ਟਰਬਨ ਬੰਨ੍ਹਦੇ ਸੀਗੇ, ਪੱਗ ਬੰਨ੍ਹਦੇ ਸੀਗੇ, ਕਿਉਂਕਿ ਹੀ ਸਿੱਖ ਔਰ ਦੁਮਾਲਾ ਉਹਨਾਂ ਨੇ ਬੰਨ੍ਹਿਆ ਹੋਇਆ ਸੀਗਾ, ਔਰ ਜਿਸ ਕਰਕੇ ਉਹਨਾਂ ਨੇ ਆਪਣੀ ਜਾਨ ਬਚਾ ਲਈ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਸਹਿਯੋਗ ਮਿਲ ਰਿਹਾ ਗੋਰੇ ਦੀ ਜਿਹੜੇ ਗੋਰੀ ਜੱਥੇ ਗੋਰੇ ਜਥੇਬੰਦੀਆਂ ਹਨ ਉਹਨਾਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ, ਅਤੇ ਵੱਖ ਵੱਖ ਜਿਹੜੀ ਜਮਾਤਾਂ ਹਨ ਉਹਨਾਂ ਦੇ ਨਾਲ ਸਹਿਯੋਗ ਕਰ ਰਹੀਆਂ ਹਨ ਔਰ ਪੁਲਿਸ ਵੀ ਉਹਨਾਂ ਨਾਲ ਸਹਿਯੋਗ ਕਰ ਰਹੀ ਹੈ। ਅਤੇ ਕਈ ਲੋਕ ਇਹ ਵੀ ਕਹਿੰਦੇ ਹਨ ਕਿ ਅਮਰੀਕਾ ਦੇ ਵਿੱਚ ਸਾਡੇ ਨਾਲ ਕਦੀ ਕਦੀ ਨਹੀਂ ਹੋਇਆ, ਲੇਕਿਨ ਕਈ ਕਈ ਸ਼ਹਿਰ ਹਨ ਜਿੱਥੇ ਖਬਰਾਂ ਸਮਝ ਆਉਂਦੀਆਂ ਹਨ ਔਰ ਸਾਹਮਣੇ ਵੀ ਆਉਂਦੀਆਂ ਹਨ ਕਿ ਸਿੱਖਾਂ ਦੇ ਨਾਲ ਜਾਂ ਫਿਰ ਦੂਜੀ ਕਮਿਊਨਿਟੀਜ਼ ਦੇ ਨਾਲ ਵਿਤਕਰਾ ਅਜੇ ਵੀ ਹੁੰਦਾ ਹੈ, ਔਰ ਉਹ ਵਿਤਕਰਾ ਕੋਈ ਹੋਰ ਨਹੀਂ ਅਮਰੀਕਾ ਦੇ ਵਿੱਚ ਵਸਦੇ ਅਮਰੀਕਨ ਸਿਟੀਜ਼ਨ ਹੀ ਕਰਦੇ ਹਨ, ਜਾਂ ਫਿਰ ਕੋਈ ਹੋਰ ਅੜਪ ਛਾਤੇ ਜਾਂ ਫਿਰ ਕੋਈ ਹੋਰ ਸ਼ਰਾਰਤੀ ਤੱਤਵ ਇਹਨਾਂ ਗੱਲਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ ਜਾਂ ਫਿਰ ਇਹਨਾਂ ਗੱਲਾਂ ਦੇ ਨਾਲ ਹੇਟ ਕ੍ਰਾਈਮ ਕਰਦੇ ਹਨ। ਕਿਹੜੇ ਕਿਹੜੇ ਗੱਲਾਂ ਦੀ ਲੋੜ ਹੈਗੀ ਹੈ, ਕਿਸ ਪੱਧਰ 'ਤੇ ਸਾਨੂੰ ਸੋਚਣਾ ਚਾਹੀਦਾ, ਐਜੂਕੇਸ਼ਨ ਦੀ ਜੇਕਰ ਗੱਲ ਕਰੀਏ, ਅਵੇਅਰਨੈਸ ਦੀ ਜੇਕਰ ਗੱਲ ਕਰੀਏ, ਤਾਂ ਕਿਹੜੇ ਕਿਹੜੇ ਸਟੈਪਸ ਜਿਹੜੇ ਨੇ ਸਾਨੂੰ ਉਠਾਉਣੇ ਚਾਹੀਦੇ ਹਨ ਤਾਂ ਕਿ ਅਜਿਹੀਆਂ ਗੱਲਾਂ ਨੂੰ ਖਤਮ ਕੀਤਾ ਜਾ ਸਕੇ ਔਰ ਹੇਟ ਕ੍ਰਾਈਮ ਜੋ ਹੈ ਉਹ ਨਾ ਹੋਣ। ਮੇਰੇ ਨਾਲ ਇਸ ਟਾਈਮ ਫੋਨ ਲਾਈਨ 'ਤੇ ਮੌਜੂਦ ਨੇ ਪ੍ਰੋਫੈਸਰ ਸਰਬਜੀਤ ਸਿੰਘ ਗੋਬਿੰਦਪੁਰੀ, ਸਿੱਖ ਫਿਲੋਸਫਰ ਨੇ, ਸਿੱਖ ਬੁੱਧੀਜੀਵੀ ਨੇ, ਔਰ ਉਸ ਤੋਂ ਵੀ ਵੱਡੀ ਗੱਲ ਇਹ ਉਹ ਸ਼ਖਸੀਅਤ ਹਨ ਜਿਨ੍ਹਾਂ ਨੇ ਅਮਰੀਕਾ ਦੇ ਵਿੱਚ ਪਹਿਲੀ ਵਾਰ ਗੁਰਬਾਣੀ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਸੀਗਾ, ਔਰ ਬੱਚਿਆਂ ਦੇ ਨਾਲ ਕਨੈਕਟ ਰਹਿੰਦੇ ਨੇ, ਔਰ ਜੇਕਰ ਗੱਲ ਆਈ ਤਾਂ ਯੂਥ ਦੇ ਨਾਲ ਕਾਫੀ ਕਨੈਕਟ ਰਹਿੰਦੇ ਨੇ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਨ ਇਸ ਮੁਤਲਕ ਉਹ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਭਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ। ਜੀ ਮਿਹਰਬਾਨੀ, ਤੁਸੀਂ ਮੇਰੀ ਸਰੋਤਿਆਂ ਨਾਲ ਸਾਂਝ ਪਾ ਰਹੇ ਹੋ। ਕੀ ਲੱਗਦਾ ਤੁਹਾਨੂੰ ਭਾਈ ਸਾਹਿਬ, ਕਿਹੜੀ ਕਿਹੜੀ ਗੱਲਾਂ ਦੀ ਲੋੜ ਹੈਗੀ ਹੈ, ਵਟ ਸਟੈਪਸ ਵੀ ਨੀਡ ਟੂ ਗੈਟ ਆਊਟ ਆਫ ਦਿਸ? ਜੀ ਬਿਲਕੁਲ ਠੀਕ ਹੈ। ਦਰਅਸਲ ਇਸ ਵੇਲੇ ਸਭ ਤੋਂ ਵੱਧ ਫੋਕਸ ਕਰਨ ਵਾਲੀ ਗੱਲ ਇਹ ਹੈ ਜੋ ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਕਿ ਅਸੀਂ ਕਿਸ ਤਰ੍ਹਾਂ ਇਸ ਸਿਚੁਏਸ਼ਨ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਪਰ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਅਸੀਂ ਜੇ ਇਸ ਘਟਨਾ ਨੂੰ ਦੋ ਵੱਖ ਵੱਖ ਨਜ਼ਰੀਏ ਤੋਂ ਵੇਖੀਏ, ਦੋ ਡਿਫਰੈਂਟ ਐਂਗਲਸ ਤੋਂ ਅਸੀਂ ਜੇ ਨੋਟ ਕਰਨ ਦਾ ਯਤਨ ਕਰੀਏ, ਇਹ ਕ੍ਰਾਈਮ, ਇਹ ਹਮਲਾ ਇੱਕ ਸਿੱਖ ਵਿਅਕਤੀ ਉੱਤੇ ਹਮਲਾ ਦੋ ਕਾਰਨਾਂ ਕਰਕੇ ਹੋਇਆ। ਨੰਬਰ ਇੱਕ, ਜਾਂ ਤਾਂ ਇਹ ਰੇਸਿਜ਼ਮ ਤੋਂ ਪੈਦਾ ਹੋਇਆ, ਹੇਟ ਕ੍ਰਾਈਮ ਹੈ, ਦੂਸਰਿਆਂ ਨੂੰ ਆਪਣੇ ਬਰਾਬਰ ਦਾ ਸ਼ਹਿਰੀ ਨਾ ਸਮਝਣ ਤੋਂ ਇੱਕ ਪੈਦਾ ਹੋਇਆ, ਕੁਦਰਤੀ ਨਫ਼ਰਤ ਜਿਹੜੀ ਹੈ, ਖਾਸ ਕਰਕੇ ਜੇ ਅਸੀਂ ਇਹ ਗੱਲ ਆਖੀਏ ਕਿ ਰੰਗ ਭੇਦ ਤੋਂ, ਨਸਲ ਭੇਦ ਤੋਂ, ਜਾਂ ਸਕਿਨ ਦੇ ਕਲਰ ਤੋਂ ਜਿਹੜੀ ਇੱਕ ਨਫ਼ਰਤ ਪੈਦਾ ਹੈ ਉਸ ਕਰਕੇ ਹੋਇਆ, ਜਾਂ ਫਿਰ ਅਸੀਂ ਦੂਸਰੇ ਐਂਗਲ ਤੋਂ ਵੇਖੀਏ ਕਿ ਇਹ ਵਾਲਾ ਜਿਹੜਾ ਹਮਲਾ ਹੋਇਆ, ਦਰਅਸਲ ਇਹ ਇੱਕ ਹੋਰ ਪੱਖ ਹੈ ਜਿਸ ਨੂੰ ਧਿਆਨ ਨਾਲ ਵਾਚਿਆ ਜਾਣਾ ਚਾਹੀਦਾ ਕਿ ਸ਼ਾਇਦ ਅਸੀਂ ਅੱਜ ਫਿਰ ਇੱਕ ਵਾਰ ਅਮਰੀਕਾ ਵਰਗੇ ਦੇਸ਼ ਵਿੱਚ ਮਿਸਟੇਕਨ ਆਈਡੈਂਟੀਟੀ ਦਾ ਸ਼ਿਕਾਰ ਹੋ ਰਹੇ ਹਾਂ। ਭਾਵ ਆਮ ਕਰਕੇ ਜਦੋਂ 9/11 ਤੋਂ ਬਾਅਦ ਵੀ ਜਦੋਂ ਕੁਝ ਹਮਲੇ ਹੋਏ ਸਿੱਖਾਂ ਉੱਤੇ, ਤਾਂ ਉਸ ਵੇਲੇ ਵੀ ਬਹੁਤ ਵੱਡਾ ਮਸਲਾ ਸੀ ਕਿ ਆਮ ਸਿੱਖ ਨੂੰ ਮੁਸਲਮਾਨ ਸਮਝ ਕੇ ਹਮਲਾ ਕੀਤਾ ਗਿਆ। ਜੀ ਜੀ ਜੀ, ਇਨਡੀਡ, ਬਿਲਕੁਲ ਕਰੈਕਟ ਜੀ। ਹਾਂਜੀ, ਮੈਂ ਇਹ ਗੱਲ ਫਿਰ ਦੁਹਰਾ ਕੇ ਆਖਦਾ, ਭਾਵੇਂ ਇਹ ਗੱਲ ਠੀਕ ਹੈ ਕਿ ਸਾਨੂੰ ਮੁਸਲਮਾਨ ਸਮਝ ਕੇ ਹਮਲਾ ਕੀਤਾ ਗਿਆ, ਪਰ ਕਿਸੇ ਮੁਸਲਮਾਨ ਉੱਤੇ ਹਮਲਾ ਹੋਣਾ ਵੀ, ਇਸ ਤਰ੍ਹਾਂ ਹਮਲਾ ਕੀਤਾ ਜਾਣਾ ਵੀ, ਇਹ ਵੀ ਰੇਸਿਜ਼ਮ ਹੈ, ਇਹ ਵੀ ਨਫ਼ਰਤ, ਨਸਲ ਦੇ ਪ੍ਰਤੀ ਨਫ਼ਰਤ ਵਾਲੀ ਗੱਲ ਹੈ। ਜੀ ਜੀ ਜੀ, ਓਕੇ। ਹੁਣ ਸਾਡੇ ਸਾਹਮਣੇ ਦੋ ਇਹੋ ਹੀ ਮਸਲੇ ਨੇ ਕਿ ਅਸੀਂ ਇਹਨਾਂ ਦੋਵਾਂ ਤਰ੍ਹਾਂ ਦੇ ਕਾਰਨਾਂ ਨੂੰ ਖਤਮ ਕਿਵੇਂ ਕਰੀਏ। ਜੀ, ਪਹਿਲੀ ਗੱਲ ਕਿ ਜੇ ਇਹ ਹਮਲਾ ਜਿਹੜਾ ਮਿਸਟੇਕਨ ਆਈਡੈਂਟੀਟੀ ਦਾ, ਤਾਂ ਸਾਨੂੰ ਹਰ ਹਾਲ ਹੋਰ ਵੱਧ ਯਤਨ ਕਰਕੇ ਆਪਣੀ ਆਈਡੈਂਟੀਟੀ ਨੂੰ ਕਲੀਅਰ ਕਰਨਾ ਪਏਗਾ। ਜਿਵੇਂ ਜਿਵੇਂ ਇਹ ਗੱਲ ਆਖ ਲਵਾਂ ਬਈ, ਸਰਦਾਰ ਸੁਰਜੀਤ ਸਿੰਘ ਮੱਲੀ ਹੋਰਾਂ ਤੇ ਟਰਲਕ ਵਿੱਚ ਹੋਇਆ ਹਮਲਾ ਜਿਹੜਾ ਹੈਗਾ, ਇਹ ਫੇਰ ਇਹ ਸਬੂਤ ਹੈ ਕਿ ਹਾਲਾਂ ਤੱਕ ਆਮ ਅਮਰੀਕਨ ਜਨਤਾ ਦੇ ਸਾਹਮਣੇ ਅਸੀਂ ਆਪਣੀ ਆਈਡੈਂਟੀਟੀ ਨੂੰ ਸਪਸ਼ਟ ਕਰਨ ਦੇ ਲਈ ਜਿੰਨੇ ਵੀ ਯਤਨ ਕੀਤੇ ਨੇ ਉਹ ਹਾਲਾਂ ਪੂਰਨ ਨਹੀਂ ਹੋਏ। ਤੁਹਾਨੂੰ ਕੀ ਕਾਰਨ ਲੱਗਦਾ? ਇੱਕ ਪਾਸੇ ਜਿੱਥੇ ਕੈਨੇਡਾ ਦੇ ਵਿੱਚ ਅਸੀਂ ਆਪਣੀ ਆਈਡੈਂਟੀਟੀ ਦਿਖਾ ਰਹੇ ਹਾਂ, ਦਾਅਵੇਦਾਰੀ ਠੋਕ ਰਹੇ ਹਾਂ ਪ੍ਰਧਾਨ ਮੰਤਰੀ ਅਹੁਦੇ ਦੀ,
अमेरिका दे विच तुहानू की लगता है कि किहड़े किहड़े गल्लां दी लोड़ है? ओके वेरी गुड। देखो वैसे तो यह उदाहरण असीं समझ सकते हैं, सियाणे आखदे ने भी जे पिंड जां शहर विच महामारी फैल जाए ना तो कोई भी डॉक्टर सिर्फ अपने घर की सफाई करके उस महामारी तो नहीं बच सकता, भाव सारयां नूं सांझा यतन करना पैदा। मैं समूह सिख वीरां नूं सांझे तौर ते बेनती करदा कि तुसीं जिन्ने भी पग्गां बन्नण वाले हो, जिन्ने भी तुसीं सिख आइडेंटिटी नूं सामने रखण वाले हो, यतन करो आम व्यक्ति नाल सोहना मेल जोल बनाउण दा। ते उसका सब तो सौखा तरीका है आम बंदे नाल सोहना मेल जोल बनता है सेवा दे रूप विच, जां जां लाइमलाइट विच आउण तों। जिवें तुसीं हुणे इक उदाहरण दे के हटे हो कि कैनेडा विच बहुत सारे सिख व्यक्ति इस वेले मैंबर पार्लीमेंट भी हैगे ने, उस वेले प्रधानमंत्री दे अहुदे दे दावेदार भी सरदार जगमीत सिंह होरी बनण दा जिहड़ा मतलब साडा इस तरह का ख्याल बन रहा है सिख सिख कम्युनिटी का, बड़ी चंगी गल है। मैं समूह प्रबंधक वीरां नूं, समूह सिख जथेबंदियां नूं, समूह सिख जथेबंदियां दे नुमाइंदियां नूं इह खास करके बेनती करांगा, साडी ना सोच बड़ी मामूली है कि असीं गुरुद्वारे विच ही लड़ी जांदे, गुरुद्वारे की प्रधानगी लई असीं लड़दे पए आं, तो बाहर निकल के आम दुनिया दे लई, आम अमेरिकन सिटीजन दे लई असीं की कर सकने आं, असीं क्यों ना चोण लड़ीए, असीं क्यों ना इस सारे इलैक्टोरल सिस्टम नूं अपना के अगे आईए। जिस वेले देखो यह गल बड़ी सीधी जाई है, जिस वेले भारत विच सरदार मनमोहन सिंह प्रधानमंत्री बने सन उन्हां नाल एक लाभ होया कि पगड़ी वाला सरदार जिहड़ा पगड़ी वाले सिख की शुभ सारे जगत विच बनी, सारी दुनिया विच। बिल्कुल बिल्कुल बिल्कुल, कोई दुराई नहीं करता। अमरीका विच भी बड़ी सोहनी ठीक हो जाएगी, सिख आइडेंटिटी वाली गल भी हल हो जाएगी जे कोई इस तरह की गल वापरती है, जे कोई इत्थे किसी लाइमलाइट विच कोई वड्डे अहुदे ते कोई सिख पहुंचता है। जिवें शायद तुहानूं इह पिछे जिहे न्यूज आई सी पिछले एक दो हफ्ते पहला कि न्यू जर्सी दे विच अटॉर्नी जनरल दे बारे विच जिस वेले दो एंकर्स ने जिस तरीके दे बयान दिते सीगे और वाकई वह भी खबर जिहड़ी है मीडिया दे उत्ते आई सीगी और उन्होंने सस्पेंड भी किया गया सीगा उन्हां एंकरां नूं, क्योंकि उन्होंने भी सीधा तौर पर टर्बन दे उत्ते अटैक किया सीगा, टर्बन दे उत्ते उन्होंने मजाक उड़ाया सीगा। जी आई रिमेंबर। हाँ जी जी। एक आखिरी गल मैं होर कह दिया जी, वैसे ये गल ठीक है, शायद साढ़े विचों बहुतियां नूं ये गल चंगी ना लगे पर है सच। सियाणे आखदे ने हरेक बुराई विच भी एक चंगियाई छुपी हुंदी जी, ਭਾਵੇਂ ਸਰਦਾਰ ਸੁਰਜੀਤ ਸਿੰਘ ਹੋਰਾਂ ਉੱਤੇ ਹਮਲਾ ਹੋਇਆ ਅਸੀਂ ਇਸ ਹਮਲੇ ਦੀ ਹਰ ਹਾਲ ਨਿੰਦਾ ਕਰਦੇ ਹਾਂ, ਜਿੰਨਾ ਇਸ ਦਾ ਵਿਰੋਧ ਕਰੀਏ ਓਨਾ ਹੀ ਥੋੜਾ ਹੈ ਜੀ। ਭਾਵੇਂ ਸਰਦਾਰ ਵਾਹਿਗੁਰੂ ਜਿਹੜੇ ਉੱਥੇ ਨਿਊ ਜਰਸੀ ਦੇ ਜਿਹੜੇ ਅਟਾਰਨੀ ਜਨਰਲ ਨੇ ਉਹਨਾਂ ਦੇ ਪ੍ਰਤੀ ਮਾੜੇ ਸ਼ਬਦ ਬੋਲੇ ਗਏ, ਵੰਸ ਅਗੇਨ ਇਹ ਵੀ ਇੱਕ ਮਿਸਟੇਕਨ ਆਈਡੈਂਟੀ ਵਾਲੀ ਜਿਹੜੀ ਗੱਲ ਹੈ। ਉਹਨਾਂ ਨੇ ਬਿਲਕੁਲ ਉਹਨਾਂ ਨੂੰ ਟਵੀਟ ਕਰਨਾ ਪਿਆ, ਉਹਨਾਂ ਨੇ ਦੱਸਿਆ ਕਿ ਆਈ ਐਮ ਦੀ 61st ਅਟਾਰਨੀ ਜਨਰਲ ਆਫ ਨਿਊ ਜਰਸੀ और मेरी दो तीयां हन, तुसी इस तरीके नाल मैनू नहीं बोल सकते, जब मैं तुहाडा शो वेख रहा सी मैनू टीवी बंद करना पिया। हाँ जी जी, मैं असल च गल कह रहा सी कि इन्हां दोवां घटनावां ने आम सिख व्यक्ति नूं सिख आइडेंटिटी नूं हाईलाइट करन विच बहुत सहयोग दिता है और होर होवेगी जी, होर ज्यादा आम बंदियां नूं समझ आवेगी कि भावें इह लोक पग्गां बन्नदे ने पर असीं इन्हां नूं मुसलमान समझ के नफरती भाषा नाल नफरती सलूक नाल असीं इन्हां नूं संबोधन नहीं कर सकते। नहीं, ईवन मैं यह भी वेख्या कि सिर्फ अखबारों के ही नहीं बल्कि सोशल मीडिया के उत्ते नहीं बल्कि जिहड़ी इलैक्ट्रॉनिक मीडिया हैगी है अमेरिकन न्यूज़ चैनल ने उन्होंने भी इस खबर को सामने लैके आए हैं, उन्होंने हेट क्राइम करार दिता है इस गल नूं। जी बिल्कुल ठीक, मैं इसलिए गल कह रहा सां जी कि सगों इहो जिहियां इन्हां घटनावां दे नाल, मैं फिर दोहराउणा, घटनावां दुखदाई ने जी, ਤੁਹਾਡੇ ਲਈ ਚੰਗੀਆਂ ਨਹੀਂ ਹੈਗੀਆਂ ਜੀ, ਪਰ ਇਹਨਾਂ ਵਿੱਚੋਂ ਇੱਕ ਚੰਗਾ ਪਾਸੇ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਆਮ ਅਮਰੀਕਨ ਜਨਤਾ ਦੇ ਸਾਹਮਣੇ ਜਿਹੜੀ ਸਿੱਖ ਪਛਾਣ ਹੈ ਜੀ, ਜਿਹੜੀ ਇੱਕ ਦਸਤਾਰ ਤੇ ਸੋਹਣੇ ਦਾੜੀ ਕੇਸਾਂ ਵਾਲੀ ਜਿਹੜੀ ਪਛਾਣ ਹੈ ਜੀ ਜੀ, ਉਹ ਇੱਕ ਸਿੱਖ ਵਜੋਂ ਜੀ ਦੁਨੀਆ ਦੇ ਸਾਹਮਣੇ ਆ ਰਹੀ ਹੈ, ਜਿਹੜੀ ਗੱਲ ਚੰਗੀ ਹੋ ਰਹੀ ਹੈ ਜੀ ਜੀ। ਇੱਕ ਗੱਲ ਹੋਰ ਮੈਂ ਆਪ ਸਾਰਿਆਂ ਨਾਲ ਜ਼ਰੂਰ ਸਾਂਝੀ ਕਰ ਲਵਾਂ ਜੀ, ਛੋਟੇ ਛੋਟੇ ਬੱਚਿਆਂ ਨੂੰ ਵੀ ਜੇ ਸਕੂਲਾਂ ਵਿੱਚ ਅਸੀਂ ਜਾ ਕੇ ਸ਼ੁਰੂ ਤੋਂ ਅੱਜ ਤੋਂ ਹੀ ਦਿਖਾਉਣਾ ਸ਼ੁਰੂ ਕਰੀਏ, ਸਮਝਾਉਣਾ ਸ਼ੁਰੂ ਕਰੀਏ ਕਿ ਸਿੱਖਾਂ ਵਿੱਚ ਤੇ ਦੂਸਰੇ ਲੋਕਾਂ ਵਿੱਚ ਕੀ ਫਰਕ ਹੈ, ਉਹਨਾਂ ਦੀ ਅਪੀਅਰੈਂਸ ਦੇ ਬਾਰੇ ਵਿੱਚ ਜੀ,
ਅਪੀਅਰੈਂਸ ਭਾਵੇਂ ਕਿਸੇ ਵੇਲੇ ਇੱਕ ਵੀ ਹੋਵੇ ਮੁਸਲਮਾਨ ਤੇ ਸਿੱਖ ਦੀ ਉਹਨਾਂ ਨੂੰ ਲੱਗਦੀ ਹੋਵੇ ਦਿਸਦੀ ਹੋਵੇ, ਹਾਲਾਂਕਿ ਇਹ ਵੀ ਮਿਸਟੇਕਨ ਗੱਲ ਹੈ, ਬਿਲਕੁਲ ਇਹ ਵੀ ਗਲਤੀ ਹੈ, ਬਿਲਕੁਲ ਬਿਲਕੁਲ, ਭਾਵੇਂ ਦਿਸਦੀ ਹੋਵੇ ਇਸ ਤਰ੍ਹਾਂ ਪਰ ਇਸ ਦੇ ਬਾਵਜੂਦ ਹਰੇਕ ਸਿੱਖ ਨੂੰ ਮੁਸਲਿਮ ਲੇਬਲ ਕਰਕੇ ਮਾਰਿਆ ਜਾਣਾ ਜਾਂ ਉਹਨੂੰ ਨਫ਼ਰਤ ਕੀਤੀ ਜਾਣੀ ਵਾਜਬ ਨਹੀਂ, ਇਹ ਗੱਲ ਬੜੀ ਗੱਲ ਤੋਂ ਸਹਿਮਤ ਹੈ। ਕਈ ਅਜਿਹੇ ਲੋਕ ਨੇ ਔਰ ਮੇਰੇ ਨਾਲ ਇਹ ਵਾਪਰਿਆ, ਮੇਰੇ ਨਾਲ ਵੀ ਕਈ ਲੋਕਾਂ ਨੇ ਪੁੱਛਿਆ ਜਦ ਅਸੀਂ ਜਾਂਦੇ ਹਾਂ ਬਾਹਰ ਜਾਂਦੇ ਹਾਂ ਜਾਂ ਫਿਰ ਅਸੀਂ ਮਾਰਕੀਟ ਜਾਂਦੇ ਹਾਂ ਜਾਂ ਫਿਰ ਅਸੀਂ ਸੋਸ਼ਲ ਲਾਈਫ ਦੇ ਵਿੱਚ ਕਿੱਥੇ ਜਾਂਦੇ ਹਾਂ ਤਾਂ ਸਾਨੂੰ ਪੁੱਛਦੇ ਨੇ ਯੂ ਕੈਨੋਟ ਕੱਟ ਯੋਰ ਹੇਅਰ, ਸੋ ਇਹ ਸਾਨੂੰ ਦੱਸਣਾ ਪਏਗਾ ਕਿ ਵਾਈ ਵੀ ਕੈਨੋਟ ਕੱਟ ਆਰ ਹੇਅਰ, ਆਪਣੇ ਅਸੀਂ ਬਾਲ ਕਿਉਂ ਨਹੀਂ ਕਟਾ ਸਕਦੇ, ਵੀ ਹੈਵ ਟੂ ਟੈਲ ਦੈਮ, ਔਰ ਐਸੀ ਅਵੇਅਰਨੈਸ ਦੀ ਮੈਨੂੰ ਲੱਗਦਾ ਭਾਈ ਸਾਹਿਬ ਬਹੁਤ ਲੋੜ ਹੈਗੀ ਹੈ। ਅਤੇ ਤੁਸੀਂ ਕੀ ਕੁਛ ਸੁਨੇਹਾ ਦੇਣਾ ਚਾਹੋਗੇ? ਮੈਂ ਜ਼ਰੂਰ ਚਾਹਾਂਗਾ ਉਹਨਾਂ ਵੱਖ ਵੱਖ ਜਮਾਤਾਂ ਦੇ ਅਹੁਦੇਦਾਰਾਂ ਨੂੰ, ਉਹਨਾਂ ਪ੍ਰਧਾਨਾਂ ਨੂੰ ਜੋ ਕਿ ਪੈਰਵੀ ਕਰਦੇ ਨੇ ਔਰ ਕਹਿੰਦੇ ਨੇ ਕਿ ਜਦ ਸਿੱਖ ਕੌਮ ਦੇ ਮਸਲੇ ਆਉਂਦੇ ਹਨ ਉਹ ਬਿਲਕੁਲ ਸਾਹਮਣੇ ਆ ਜਾਂਦੇ ਹਨ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ, ਅਤੇ ਹੁਣ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਸਿਰਫ ਮੈਂ ਤਿੰਨ ਗੱਲਾਂ ਕਹਿਣੀਆਂ ਚਾਹੁੰਦਾ। ਨੰਬਰ ਇੱਕ, ਹਰ ਹਾਲ ਸਾਨੂੰ ਸੋਸ਼ਲ ਸਰਵਿਸ ਤੋਂ ਸ਼ੁਰੂ ਕਰਨਾ ਪਏਗਾ। ਆਮ ਬੰਦੇ ਦੇ ਸਾਹਮਣੇ, ਆਮ ਲੋੜਵੰਦ ਦੇ ਸਾਹਮਣੇ ਅਸੀਂ ਇੱਕ ਹੈਲਪਿੰਗ ਹੈਂਡ ਬਣ ਕੇ ਪਹੁੰਚੀਏ ਜਿਹੜਾ ਨਫ਼ਰਤ ਘਟਾਉਣ ਵਿੱਚ ਮਦਦ ਕਰੇਗਾ। ਨੰਬਰ ਦੋ, ਸਾਨੂੰ ਆਮ ਸਕੂਲਾਂ ਵਿੱਚ ਜਾ ਕੇ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਸਿੱਖ ਆਈਡੈਂਟੀ ਨੂੰ, ਸਿੱਖ ਪਛਾਣ ਨੂੰ ਉਜਾਗਰ ਕਰਨ ਦੀ ਲੋੜ ਹੈ। ਨੰਬਰ ਤਿੰਨ, ਹਰ ਹਾਲ ਸਾਨੂੰ ਕਿਸੇ ਵੀ ਤਰ੍ਹਾਂ ਜੋ ਮਰਜ਼ੀ ਹੋਵੇ, ਜਿਹੜਾ ਅਮੈਰੀਕਾ ਦਾ ਜਿਹੜਾ ਸਿਸਟਮ ਹੈ, ਇਲੈਕਸ਼ਨ ਸਿਸਟਮ ਹੈ, ਇਹਦੇ ਵਿੱਚ ਆ ਕੇ ਸਾਨੂੰ ਲਾਈਮ ਲਾਈਟ ਵਿੱਚ ਆਉਣ ਦਾ ਯਤਨ ਕਰਨਾ ਚਾਹੀਦਾ। ਬਿਲਕੁਲ ਬਿਲਕੁਲ, ਮੈਂ ਸੋਚਦਾ ਕਿ ਸ਼ਾਇਦ ਇਸੇ ਬਹਾਨੇ ਸਾਡੇ ਗੁਰਦੁਆਰਿਆਂ ਵਿੱਚ ਹੋਣ ਵਾਲੇ ਝਗੜੇ ਵੀ ਹੋਰ ਘੱਟ ਹੋ ਜਾਣਗੇ, ਬਿਲਕੁਲ ਖਤਮ ਹੋ ਜਾਣ, ਕਿਉਂਕਿ ਅਸੀਂ ਐਗਜ਼ਾਮਪਲ ਲਈਏ ਚਰਚ ਤੋਂ, ਅਸੀਂ ਐਗਜ਼ਾਮਪਲ ਲਈਏ ਦੂਜੇ ਕਮਿਊਨਿਟੀ ਸੈਂਟਰਸ ਤੋਂ ਜਿੱਥੇ ਇਹ ਝਗੜੇ ਅਸੀਂ ਕਦੀ ਨਹੀਂ ਵੇਖੇ, ਔਰ ਉਹ ਦੱਸਦੇ ਵੀ ਨੇ ਕਿ ਹੂ ਵੀ ਆਰ ਐਂਡ ਵਿੱਚ ਰਿਲੀਜਨ ਵੀ ਬਿਲੋਂਗ ਟੂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ। ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫਲੇ ਰੁਕ ਰਿਹਾ ਐਂਡ ਇਸ ਤੋਂ ਬਾਅਦ ਤੁਹਾਡੀ ਹੀ ਕਾਲਸ ਮੈਂ ਲਵਾਂਗਾ। ਬਹੁਤ ਸਾਰੀ ਕਾਲਸ ਮੈਂ ਵੇਖ ਪਾ ਰਿਹਾ ਕਿਊ ਦੇ ਵਿੱਚ ਹੈ, ਅਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਤੁਹਾਡੇ ਸੁਝਾਵ, ਤੁਹਾਡੇ ਫੀਡਬੈਕ ਇਸ ਕਾਲ ਤੋਂ ਬਾਅਦ ਜ਼ਰੂਰ ਲਵਾਂ।